ਇੰਨਾ ਆਸਾਨ ਹੈ ਦੇਸ਼ਵੀਰ ਸਿੰਘ ਰੰਧਾਵਾ ਦੀ ਭੈਣ ਨੂੰ ਪਜਾਣਾ? ਵੀਰ ਆ ਕੀ ਕਰਨ ਦੇ ਆ ਤੂੰ? ਛੱਡ ਵਿੱਕੀ ਨੂੰ। ਕਿਉਂ ਛੱਡਾਂ ਮੈਨੂੰ? ਹੈ ਬੋਲ ਕਿਉਂ ਛੱਡਾਂ ਮੈਂ? ਨਾਲੇ ਤੁਹਾਡੇ ਦੋਵਾਂ ਭੈਣ ਭਰਾਵਾਂ ਦਾ ਚੱਲਦਾ ਕੀ ਪਿਆ? ਆਪਦੀ ਇੱਜ਼ਤ ਦੀ ਤਾਂ ਪਰਵਾਹ ਨਹੀਂ ਹੈਗੀ ਤੇ ਮੇਰੇ ਭੈਣ ਦੀ ਇੱਜ਼ਤ ਵੀ ਰੋਲਣ ਤੇ ਲੱਗੇ ਹੋਏ ਹੋ। ਆ ਤੇਰਾ ਭਰਾ, ਤੇਰਾ ਲਾਡਲਾ ਵਿੱਕੀ ਮੇਰੀ ਭੈਣ ਨੂੰ ਨਾ ਪਜਾਣ ਦੇ ਪਲਾਨ ਬਣਾਈ ਫਿਰਦਾ। ਇੱਧਰ ਵੇਖ ਓਏ, ਤੇਰੇ ਘਰ ਵੀ ਭੈਣ ਹੈਗੀ ਆ ਨਾ, ਤੈਨੂੰ ਫਿਰ ਵੀ ਅਕਲ ਨਹੀਂ ਹੈਗੀ? ਇੰਨੀ ਕੋਈ ਗੱਲ ਦੀ ਸਮਝ ਨਹੀਂ ਹੈਗੀ ਕਿ ਕਿਸੇ ਦੇ ਘਰ ਦੀ ਜਵਾਨ ਧੀ ਜੇ ਭੱਜੇ ਤੇ ਉਹਦੇ ਕਰ ਲਿਆ ਤੇ ਕੀ ਬੀਤਦਾ? ਜੁਆਕ ਹੈਗਾ ਤੂੰ, ਪਿਆਰ ਕਰਨਾ ਆਉਂਦਾ, ਆ ਨਿੱਕੀ ਜੀ ਗੱਲ ਨਹੀਂ ਸਮਝ ਆਉਂਦੀ ਤੈਨੂੰ? ਆ ਪਿਆਰ ਵਿਆਰ ਸਭ ਠੀਕ ਹੈਗਾ, ਪਰ ਜਿਹੜੀਆਂ ਤੂੰ ਹਰਕਤਾਂ ਸ਼ੁਰੂ ਕਰਤੀਆਂ ਨੇ ਨਾ, ਕਦੇ ਤੂੰ ਇੱਕ ਕੰਧ ਟੱਪ ਕੇ ਮੇਰੇ ਘਰ ਆਉਂਦਾ ਪਿਆ ਤੇ ਅੱਜ ਤੂੰ ਇੱਥੇ ਮੇਰੀ ਭੈਣ ਨੂੰ ਇੱਥੇ ਭਜਾਉਣ ਦਾ ਪਲਾਨ ਬਣਾਈ ਫਿਰਦਾ, ਆ ਨਹੀਂ ਚੱਲੂਗਾ। ਬੰਦਾ ਬਣ ਜਾ, ਨਹੀਂ ਤਾਂ ਮੈਂ ਬਣਾ ਦੂੰਗਾ। ਵੇਖ ਵਿੱਕੀ, ਜੇ ਤੂੰ ਆਹ ਸੋਚ ਕੇ ਬੈਠਾ ਨਾ ਕਿ ਤੂੰ ਨਿੰਮੋ ਨਾਲ ਵਿਆਹ ਕਰਾਉਣਾ, ਤਾਂ ਬੰਦਾ ਬਣ ਕੇ ਨਾ ਮਾਮਾ ਹੀ ਮਾਮੀ ਦੇ ਘਰ ਆ ਤੇ ਹੱਥ ਮੰਗ ਨਿੰਮੋ ਦਾ। ਲੱਗੀ ਸਮਝ? ਕਿਤੇ ਤੂੰ ਇਹ ਸੋਚੀ ਬੈਠਾ ਹੋਵੇਂ ਕਿ ਤੂੰ ਕੁਝ ਵੀ ਕਰਦਾ ਰਹੇਗਾ ਤਾਂ ਮੈਂ ਬਰਦਾਸ਼ਤ ਕਰੀ ਜਾਵਾਂਗਾ, ਨਾ ਇੱਦਾਂ ਨਹੀਂ ਹੋਊਗਾ। ਤੇ ਤੂੰ ਵੀ ਸੁਣ ਲੈ, ਆ ਜੁਆਕਣੀ ਜੀ ਬਣ ਕੇ ਨਾ ਇਹਨਾਂ ਦਾ ਸਾਥ ਨਾ ਦੇਣਾ ਸ਼ੁਰੂ ਕਰ ਦੇ। ਤੂੰ ਆ ਜੋ ਵੀ ਕਿਹਾ ਨਾ ਵਿੱਕੀ ਨੂੰ, ਮੈਂ ਚੁੱਪ ਰਹੀ, ਕਿਉਂਕਿ ਤੂੰ ਜੋ ਵੀ ਕਿਹਾ ਉਹ ਠੀਕ ਕਿਹਾ, ਪਰ ਆਹ ਗੱਲ ਮੈਂ ਤੇਰੀ ਕਦੇ ਨਹੀਂ ਮੰਨ ਸਕਦੀ ਕਿ ਮੈਂ ਆਹ ਦੋਵਾਂ ਦਾ ਸਾਥ ਨਾ ਦੇਵਾਂ। ਦੁਨੀਆਂ 'ਚ ਨਾ ਲੋਕ ਸਭ ਕੁਝ ਸਿੱਖ ਜਾਂਦੇ ਨੇ, ਪਰ ਪਿਆਰ ਕਰਨਾ, ਪਿਆਰ ਕਰਨਾ ਕੋਈ ਨਹੀਂ ਸਿੱਖਦਾ। ਇਸ ਲਈ ਪਿਆਰ ਵਰਗੇ ਸੋਹਣੇ ਅਤੇ ਪਾਕ ਅਹਿਸਾਸ ਨੂੰ ਜੋ ਵੀ ਜੀਏਗਾ ਨਾ, ਮਾਹੀ ਬੰਸਲ ਉਹਦਾ ਮਰਦੇ ਦਮ ਤੱਕ ਸਾਥ ਦਊਗੀ। ਵੇਖ ਮਾਹੀ, ਤੂੰ ਜੋ ਕਰਨਾ ਉਹ ਕਰ, ਮੈਂ ਤੈਨੂੰ ਰੋਕਾਂਗਾ ਨਹੀਂ, ਪਰ ਮੇਰੀ ਭੈਣ ਇਹੋ ਜਿਹਾ ਕੁਝ ਨਹੀਂ ਕਰੂਗੀ ਜਿਹਦੇ ਵਜ੍ਹਾ ਤੋਂ ਉਹਦੇ ਮਾਪਿਆਂ ਨੂੰ ਦੁੱਖ ਪਹੁੰਚੇ। ਘੱਟੋ ਘੱਟ ਮੇਰੇ ਜਿਉਂਦਾ ਤਾਂ ਨਹੀਂ। ਚੱਲ ਨਿੰਮੋ। ਕੁਛ ਨਹੀਂ ਹੁੰਦਾ, ਮੈਂ ਸਾਂਭ ਲਾਂਗੀ। ਸਲੇਡਿਆ, ਜਦੋਂ ਤੈਨੂੰ ਪਿਆਰ ਹੋਊਗਾ ਨਾ, ਉਦੋਂ ਤੈਨੂੰ ਪਤਾ ਲੱਗੂਗਾ ਕਿ ਪਿਆਰ 'ਚ ਟੁੱਟਣਾ ਕੀ ਹੁੰਦਾ ਹੈ ਅਤੇ ਪਿਆਰ 'ਚ ਮਜਬੂਰ ਹੋਣਾ ਕੀ ਹੁੰਦਾ ਹੈ। ਜਦੋਂ ਹਰ ਇੱਕ ਸਾਂ ਯਾਰ ਲਈ ਲਿੱਤਾ ਜਾਵੇ ਨਾ ਅਤੇ ਹਰ ਇੱਕ ਸਾਂ ਯਾਰ ਲਈ ਛੱਡਿਆ ਜਾਵੇ, ਉਦੋਂ ਪਤਾ ਲੱਗੂਗਾ ਤੈਨੂੰ। ਮਾਂ ਪਿਓ ਦੀ ਮਨਜ਼ੂਰੀ ਬਗੈਰ ਮੈਂ ਨਿੰਮੋ ਦਾ ਵਿਆਹ ਨਹੀਂ ਕਰਾ ਸਕਦਾ। ਨਾਮ ਜੋੜਨਾ ਤਾਂ ਦੂਰ, ਉਹ ਰੰਧਾਵਿਆਂ ਦੇ ਪੈਰ ਦੀ ਜੁੱਤੀ ਦੀ ਮਿੱਟੀ ਵੀ ਨਾ ਮੈਂ ਆਪਣੇ ਕਰਜ਼ੇ ਵੜਨ ਦੇਵਾਂ। ਬਸ ਮੇਰਾ ਫੈਸਲਾ ਹੈ ਕਿ ਆ ਰਿਸ਼ਤਾ ਕਦੇ ਵੀ ਨਹੀਂ ਹੋ ਸਕਦਾ। ਹੈਲੋ ਸਿੰਮੀ, ਇੰਨੀ ਰਾਤ ਨੂੰ ਕੀ ਹੋਇਆ? ਸਭ ਠੀਕ ਤਾਂ ਹੈ ਨਾ? ਜਾਣਦੀ ਹੈ ਨਾ ਮੈਂ ਤੈਨੂੰ, ਮੈਨੂੰ ਪਤਾ ਸੀਗਾ ਤੂੰ ਜਾਗਦੀ ਹੋਣੀ ਹੈ। ਅੱਜ ਜੋ ਕੁਛ ਵੀ ਹੋਲੀਕਾ ਪੂਜਾ 'ਚ ਹੋਇਆ ਮੈਨੂੰ ਪਤਾ ਸੀਗਾ, ਤੂੰ ਉਹੀ ਸੋਚੀ ਜਾਣਦੀ ਹੋਣੀ ਹੈ। ਹਾਂ ਹਾਂ, ਉਹੀ ਸੋਚਣ ਡਈ ਹਾਂ ਕਿ ਜੇ ਵਿੱਕੀ ਅਤੇ ਨਿੰਮੋ ਦਾ ਵਿਆਹ ਨਾ ਹੋਇਆ ਤਾਂ ਉਹ ਕਿਵੇਂ ਰਹਿਣਗੇ ਇੱਕ ਦੂਜੇ ਬਿਨਾਂ। ਆਹੀ ਸੋਚ ਸੋਚ ਕੇ ਬਹੁਤ ਪਰੇਸ਼ਾਨ ਹੋਣ ਡਈ ਹਾਂ ਮੈਂ। ਉੱਤੋਂ ਦੀ ਜਦੋਂ ਦਾ ਵੀਰ ਨੇ ਕਿਹਾ ਨਾ ਕਿ ਘਰਦਿਆਂ ਦੀ ਮਰਜ਼ੀ ਤੋਂ ਬਿਨਾਂ ਉਹਨਾਂ ਦਾ ਵਿਆਹ ਨਹੀਂ ਹੋ ਸਕਦਾ, ਬਹੁਤ ਟੈਨਸ਼ਨ ਹੋਈ ਜਾਂਦੀ ਹੈ ਯਾਰ। ਚਲੋ ਮੰਨ ਲੈਂਦੇ ਹਾਂ ਕਿ ਵੀਰ ਨਿੰਮੋ ਦਾ ਭਰਾ ਹੈ। ਇੱਕ ਭਰਾ ਦੇ ਨਜ਼ਰੀਏ ਤੋਂ ਵੀਰ ਠੀਕ ਕਰਨ ਡਿਆ, ਪਰ ਫਿਰ ਵੀ ਯਾਰ ਉਹ ਦੋਵੇਂ ਇੱਕ ਦੂਜੇ ਦੇ ਬਿਨਾਂ ਕਿਵੇਂ ਰਹਿਣਗੇ।
ਉਦੋਂ ਦੀ ਦੋਨੇ ਘਰਦਿਆਂ ਦੇ ਵਿੱਚ ਹਮੇਸ਼ਾ ਅਕਲੇਸ਼ ਵਾਲਾ ਮਾਹੌਲ ਰਹਿੰਦਾ ਹੈ। ਯਾਰ ਮਨਾਈਏ ਵੀ ਤਾਂ ਕਿੱਦਾਂ ਮਨਾਈਏ ਘਰਦਿਆਂ ਨੂੰ। ਮੈਨੂੰ ਤਾਂ ਸੋਚ ਸੋਚ ਕੇ ਦਿਲ ਘਟੀ ਜਾਣ ਡਿਆ ਵੀ ਅੱਗੇ ਕੀ ਹੋਊਗਾ। ਉੱਤੋਂ ਦੀ ਨਿੰਮੋ ਨੂੰ ਉਹਦੀ ਮਾਂ ਨੇ ਪਹਿਲਾਂ ਆਂਟੀ ਦੇ ਮੁੰਡੇ ਨੂੰ ਮਿਲਵਾਉਣਾ ਹੈ ਹੋਲੀ 'ਤੇ। ਜੇ ਉਹਨਾਂ ਨੇ ਨਿੰਮੋ ਨੂੰ ਪਸੰਦ ਕਰ ਲਿਆ ਫਿਰ ਇਸ ਹਾਲਾਤਾਂ 'ਚ ਤਾਂ ਨਿੰਮੋ ਦੀ ਪਸੰਦ ਨਾ ਪਸੰਦ ਕੁਛ ਵੀ ਨਹੀਂ ਵੇਖਿਆ ਜਾਊਗਾ। ਬਸ ਉਹਨੂੰ ਪੱਲੇ ਦੀ ਪਾਪੜੀ ਬਣਾ ਕੇ ਛੱਡ ਦੇਣਾ। ਯਾਰ ਸਿੰਮੀ ਮੈਨੂੰ ਸਮਝ ਨਹੀਂ ਆਉਣ ਡਿਆ ਵੀ ਮੈਂ ਆਪਣੇ ਭਰਾ ਦਾ ਪਿਆਰ ਕਿਵੇਂ ਪੂਰਾ ਕਰਾਂ। ਮੇਰੀ ਗੱਲ ਸੁਣ, ਕੱਲ੍ਹ ਹੋਲੀ ਖੇਡਦਿਆਂ ਵੀਰ ਵੀ ਉੱਥੇ ਹੀ ਹੋਣਾ। ਤੂੰ ਨਾ ਠੰਡੇ ਦਿਮਾਗ ਨਾਲ ਬਹਿ ਕੇ ਨਾ ਵੀਰ ਨਾਲ ਗੱਲ ਕਰੀ ਤੇ ਉਹਨੂੰ ਸਮਝਾਈ। ਜੇ ਵੀਰ ਤੇਰੇ ਭਰੋਸੇ ਆ ਗਿਆ ਨਾ ਤੇ ਲਾਲੀ ਆਂਟੀ ਨੂੰ ਮਨਾਉਣਾ ਤੇ ਬਹੁਤ ਸੌਖਾ ਹੋ ਜੂਗਾ। ਯਾਰ ਪਰ ਵੀਰ ਮੇਰੀ ਗੱਲ ਸੁਣਦਾ ਕਿੱਥੇ ਹੈ? ਜੇ ਹੁਣ ਤੱਕ ਉਹ ਮੇਰੀ ਗੱਲ ਸੁਣਦਾ ਹੁੰਦਾ ਨਾ ਸਾਡਾ ਦੋਵਾਂ ਦਾ ਵਿਆਹ ਹੋ ਜਾਣਾ ਸੀ। ਜਦੋਂ ਦੀ ਉਹਦੇ ਮੋਢੇ 'ਤੇ ਸੱਟ ਲੱਗੀ ਹੈ ਨਾ ਉਹ ਮੇਰੇ ਨਾਲ ਗੱਲ ਕਰਕੇ ਨਹੀਂ ਰਾਜੀ। ਹਮੇਸ਼ਾ ਮੇਰੇ ਨਾਲ ਖਿਜਿਆ ਖਿਜਿਆ ਜਿਹਾ ਰਹਿੰਦਾ। ਮੈਨੂੰ ਹਮੇਸ਼ਾ ਖਾਣ ਨੂੰ ਪੈਂਦਾ। ਚੱਲ ਜੇ ਫਿਰ ਵੀ ਤੂੰ ਕਹਿੰਦੀ ਆ ਤਾਂ ਮੈਂ ਗੱਲ ਕਰ ਲੂੰਗੀ ਉਹਦੇ ਨਾਲ, ਇੱਕ ਵਾਰ ਕੋਸ਼ਿਸ਼ ਤਾਂ ਕਰਕੇ ਵੇਖੂੰਗੀ। ਥੈਂਕ ਯੂ ਸਿੰਮੀ ਤੂੰ ਮੈਨੂੰ ਫੋਨ ਕਰ ਲਿਆ, ਨਹੀਂ ਤਾਂ ਮੈਂ ਅੱਜ ਵੀ ਜਾਗ ਜਾਗ ਕੇ ਰਾਤ ਕੱਢ ਦੇਣੀ ਸੀ ਤੇ ਕੋਈ ਹੱਲ ਨਹੀਂ ਨਿਕਲਣਾ ਸੀ ਇੱਦਾਂ। ਸਿਆਣੇ ਕਹਿ ਗਏ ਨੇ ਜਿਹੜਾ ਸੋਚੀ ਪਿਆ ਨਾ ਉਹ ਬੰਦਾ ਹੀ ਗਿਆ। ਇਸ ਕਰਕੇ ਨਾ ਅੱਖਾਂ ਤੇ ਦਿਮਾਗ ਬੰਦ ਕਰਕੇ ਨਾ ਹੁਣ ਆਰਾਮ ਨਾਲ ਸੌਂ ਜਾ, ਠੀਕ ਹੈ? ਠੀਕ ਹੈ ਮੇਰੀ ਮਾਂ, ਚੱਲ ਸੌਂ ਜਾ ਤੂੰ ਵੀ, ਗੁੱਡ ਨਾਈਟ। ਚੱਲ ਠੀਕ ਹੈ ਭੈਣੇ, ਗੁੱਡ ਨਾਈਟ। ਤੇ ਤੂੰ ਵੀ ਸੁਣ ਲੈ, ਆ ਜਵਾਕਣੀ ਜੀ ਬਣ ਕੇ ਨਾ ਇਹਨਾਂ ਦਾ ਸਾਥ ਨਾ ਦੇਣਾ ਸ਼ੁਰੂ ਕਰ ਦਿਆ ਕਰ। ਤੂੰ ਜੋ ਵੀ ਕਿਹਾ ਨਾ ਵਿੱਕੀ ਨੂੰ ਮੈਂ ਚੁੱਪ ਰਹੀ, ਕਿਉਂਕਿ ਤੂੰ ਜੋ ਵੀ ਕਿਹਾ ਉਹ ਠੀਕ ਕਿਹਾ, ਪਰ ਆਹ ਗੱਲ ਮੈਂ ਤੇਰੀ ਕਦੇ ਨਹੀਂ ਮੰਨ ਸਕਦੀ ਕਿ ਮੈਂ ਆਹ ਦੋਵਾਂ ਦਾ ਸਾਥ ਨਾ ਦੇਵਾਂ। ਦੁਨੀਆਂ 'ਚ ਨਾ ਲੋਕ ਸਭ ਕੁਝ ਸਿੱਖ ਜਾਂਦੇ ਨੇ ਪਰ ਪਿਆਰ ਕਰਨਾ, ਪਿਆਰ ਕਰਨਾ ਕੋਈ ਨਹੀਂ ਸਿੱਖਦਾ। ਇਸ ਲਈ ਪਿਆਰ ਵਰਗੇ ਸੋਹਣੇ ਅਤੇ ਪਾਕ ਅਹਿਸਾਸ ਨੂੰ ਜੋ ਵੀ ਜੀਏ ਗਿਆ ਨਾ ਮਾਹੀ ਬੰਸਲ ਉਹਦਾ ਮਰਤੇ ਦਮ ਤੱਕ ਸਾਥ ਦਊਗੀ। ਡਾਕਟਰ ਤੂੰ ਹੀ? ਸੋਰੀ ਮੈਂ ਵੇਖਿਆ ਨਹੀਂ, ਕੁਝ ਚਾਹੀਦਾ ਹੈਗਾ? ਨਹੀਂ ਮੈਂ ਤਾਂ ਪਾਣੀ ਦੀ ਬੋਟਲ ਭਰਨ ਜਾ ਰਹੀ ਸੀ। ਲਿਆਓ ਡਾਕਟਰ ਮੈਂ ਦੇ ਦਿੰਦਾ। ਨਹੀਂ ਨਹੀਂ ਵੀਰ ਇਟਸ ਓਕੇ, ਮੈਂ ਆਪੇ ਲੈ ਲਾਂਗੀ। ਡਾਕਟਰ ਆ ਮੈਂ, ਮਰੀਜ਼ਾਂ ਵਾਂਗ ਥੋੜ੍ਹੀ ਰਹਿ ਸਕਦੀ ਹਾਂ। ਵੈਸੇ ਤੁਸੀਂ ਇੱਥੇ ਇੰਨੀ ਰਾਤ ਨੂੰ ਕਿਉਂ ਜਾਗ ਰਹੇ ਹੋ? ਮੈਂ ਵੀ ਸੌਣ ਜਾਣ ਡਿਆ ਸੀ। ਤੁਸੀਂ ਕਿਹਾ ਸੀ ਨਾ ਕਿ ਸੌਣ ਤੋਂ ਪਹਿਲਾਂ ਪ੍ਰੋਟੀਨ ਡਰਿੰਕ ਬਣਾਉਣੀ ਹੈ, ਬਸ ਉਹੀ ਬਣਾ ਰਿਹਾ ਸੀ। ਵੈਰੀ ਗੁੱਡ, ਇੱਦਾਂ ਹੀ ਬਸ ਸਟ੍ਰਿਕਟਲੀ ਆਪਣੀ ਡਾਇਟ ਫੋਲੋ ਕਰਦੇ ਰਹੋ, ਤੁਸੀਂ ਦੇਖਿਓ ਕਿੰਨੀ ਜਲਦੀ ਤੁਸੀਂ ਠੀਕ ਹੋ ਜਾਓਗੇ। ਅੱਛਾ ਕੱਲ੍ਹ ਤਾਂ ਹੋਲੀ ਹੈ, ਹੁਣ ਮੈਂ ਤੁਹਾਡੀ ਪ੍ਰੋਗਰੈਸ ਪਰਸੋਂ ਚੈੱਕ ਕਰਾਂਗੀ ਤਾਂ ਕਿ ਪਤਾ ਲੱਗੇ ਕਿ ਇੰਜੈਕਸ਼ਨਸ ਨਾਲ ਕਿੰਨਾ ਕੁ ਫਰਕ ਪਿਆ ਹੁਣ ਤੁਹਾਨੂੰ, ਅਤੇ ਮੈਨੂੰ ਉਮੀਦ ਵੀ ਹੈ ਕਿ ਫਿਜ਼ੀਕਲ ਟੈਸਟ ਤੋਂ ਪਹਿਲਾਂ ਤੁਸੀਂ ਬਿਲਕੁਲ ਠੀਕ ਹੋ ਜਾਓਗੇ। ਡਾਕਟਰ ਤੁਹਾਡਾ ਜਿੰਨੀ ਵਾਰੀ ਵੀ ਧੰਨਵਾਦ ਕਰਾਂ ਨਾ ਓਨਾ ਹੀ ਘੱਟ ਹੈ। ਇੰਨੇ ਸਾਲਾਂ ਦਾ ਮੇਰਾ ਫੌਜੀ ਬਣਨ ਦਾ ਸੁਪਨਾ ਅਸਲ 'ਚ ਤੁਸੀਂ ਪੂਰਾ ਕਰਨ ਡਿਆ। ਮੈਂ ਤਾਂ ਆਪਣਾ ਸਿਰਫ ਫਰਜ਼ ਨਿਭਾ ਰਹੀ ਹਾਂ ਜਿਵੇਂ ਤੁਸੀਂ ਫੌਜੀ ਬਣ ਕੇ ਦੇਸ਼ ਲਈ ਨਿਭਾਓਗੇ। ਐਂਡ ਮੇਰਾ ਨਸੀਬ ਬਹੁਤ ਚੰਗਾ ਹੈ ਕਿ ਮੈਂ ਆਪਣੇ ਦੇਸ਼ ਲਈ ਇੱਕ ਫੌਜੀ ਨੂੰ ਤਿਆਰ ਕਰ ਰਹੀ ਹਾਂ। ਬਸ ਤੁਸੀਂ ਜਲਦੀ ਜਲਦੀ ਫੌਜੀ ਬਣ ਜਾਓ, ਫਿਰ ਆਪਾਂ ਹੱਥ ਨਹੀਂ ਮਿਲਾਇਆ ਕਰਾਂਗੇ, ਤੁਹਾਨੂੰ ਸਲਿਊਟ ਮਾਰਿਆ ਕਰਾਂਗੇ। ਧੰਨਵਾਦ ਡਾਕਟਰ। ਅੱਛਾ ਤੁਸੀਂ ਕਮਰੇ ਜਾਓ ਅਤੇ ਪਾਣੀ ਮੈਂ ਤੁਹਾਨੂੰ ਲਿਆ ਕੇ ਦੇ ਦੇਣਾ, ਠੀਕ ਹੈ? ਹੈਲੋ ਡਾਕਟਰ। ਥੈਂਕ ਯੂ। ਕੀ ਹੋਇਆ ਡਾਕਟਰ? ਹੋਲੀਕਾ ਪੂਜਾ ਉੱਥੇ ਹੋਣ ਡਈ ਹੈ, ਤੁਸੀਂ ਇੱਥੇ ਇਕੱਲੇ ਖਲੋਤੇ ਹੋਏ ਹੋ। ਮੇਰੀ ਕਮੀਜ਼ ਦੀ ਡੋਰ ਖੁੱਲ ਗਈ, ਤੁਸੀਂ ਕਰ ਦੋ। ਵੀਰ ਥੈਂਕ ਯੂ।
काते ली डॉक्टर? ओ आज तुसे मेरी कमेस्टी कैंच मेरी हेल्प की थी। वैसे हुन तक मैं इन्ना तो थोनू जान ही गई हाँ कि तुसे किन्ने शर्मीले किस्म के इंसान हो, पर फिर भी तुसे मेरी हेल्प की थी उदे लई थैंक यू। डॉक्टर पहली गल तुहानू ना थैंक यू कहने की लोड़ नहीं हैगी। हर इंसान का फर्ज होंदा है कि दूजे इंसान की ना मदद करे। तो दूजी गल किसी भी कुड़ी की मदद करन च शर्मिला होना जा ना होना यह मायने नहीं रखता। डॉक्टर अं ना कंजकां मन के कुड़ियों के पैर तुरने, फिर लोड़ वेले उन्हां दी मदद क्यों नहीं करांगे? तुसीं साडे पिंड वालिआं लई एडा कुछ करन डे हो, इसकी तुहाडी इज्जत सामभ के रखना ना जिम्मेवारी है मेरी। तो अज तो बाद तुहानू किसी भी चीज़ की लोड़ होवे तुसीं बस मैनू याद करना, मैं झट आ जाणा। ठीक है डॉक्टर, हुण तुसीं सौंचो, गुड नाइट। गुड नाइट। चंगी तरह फेस पैक लाई है चेहरे से, निम्मो का मूह ना गोरा ते सोना सुनखा होना चाहिए था। आ की लोकी होली तो बाद पैक लाते हैं ताकि रंग उतार सकन, तुम तो होली तो पहले पैक लाई जाते हो। ओहो वीर अज मिसिज भल्ला का मुंडा आन दिया है ना दिल्लियों, उन्हें आज पहली बार वेखना है हड्डी निम्मो नू। हाय हाय नी प्रीतो, आज जिन्नी तेरी तेज जुबान चलदी है ना उन्नी तेज अपने हाथ भी चला। चंगी तरह माले दी बूथी काले रंग नाल इहदे माड़े लेख भी मिट जाने चाहिए ने, पहली बार च पसंद आनी चाहिए है निम्मो हड्डी मुंडे वालियां नू। हाय मासी जी, किन्ना तो जोर लान दी है मैं, मेरी तो ना बाहां भी दुखन लग गई नाले ना, हाड़ी निम्मो बहुत सोहनी है, शदाई होगा वो मुंडा जिन्हों निम्मो नहीं पसंद आऊगी। जेड़ा भी निम्मो नू पसंद करे ना उहदी सूरत वेख के दी सीरत वेख के करे, नाले उहदे च निम्मो दी खुशी भी होवे। वीर सब तो वध खुशी तो हाड़ी निम्मो नू ही होनी है। हाँ हाड़ा की है, हाड़े घरों तो धी ने तुर जाना है। चल चल नी प्रीतो, चंगी तरह लाए दे मुंह ते पैक। मामी मैं आया जर। प्रीतो इधर ला, आ रह गई इधर माड़ी जगह खाली जी। बस जेड़ा भी एक बार मेरी निम्मो नू वेखे ना वेखदा ही रह जे, आ मुंडा ना बस वेखदे सारे मेरी निम्मो नू पसंद कर ले। अफड़ा मैनू प्लेट ते अखीरे भी लाए दियां अखां ते। हां देख विक्की, जे तू आ सोच के बैठा ना कि तू निम्मू नाल व्याह कराना तो बंदा बन के ना मामा ही मामी दे घर आ ते हाथ मंग निम्मो दा, लगी समझ? कि तू ऐ सोची बैठे होवे कि तू कुछ भी करता रहेगा तो मैं बर्दाश्त करी पाऊंगा, ना ऐदा नहीं होगा। प्रीतो पुत हो गया ना काम तेरा चंगी तरह, जा पुत तू भी हाथ धो के तैयार हो जा, तू अपनी भूआ कोल जाना है ना तीन चार दिन लई, बहुत बीमार है तेरी भूआ, चंगी तरह ख्याल रखी उन्हों का। हाँ ते जे किसे चीज़ की जरूरत होवे ना तो बेझिझक हो के ना मैनू फोन कर दी, संगी ना आराम नाल रही तू ते इत्थों दी ना कोई फिक्र ना करी, मैं भी तेरे नाल ही चलदी, पर तेनू पता तो हैगा इत्थे दा कि इस घर च ना मेरे बिना सरदा नहीं हैगा। जा पुत तैयार हो जा।
हाँ जी, किन्नू रंग लाउण चले हो सोने हो? अपने अद्धे यार वीर नू वह किन्नी बेइज्जती कराउंदे ना तुसीं। ਉਹ ਤੁਹਾਡੇ ਵੱਲ ਮੁੜ ਕੇ ਵੀ ਨਹੀਂ ਵੇਖਦਾ, ਤੁਹਾਨੂੰ ਸਿੱਧੀ ਤਰ੍ਹਾਂ ਕਿਸੇ ਗੱਲ ਦਾ ਜਵਾਬ ਵੀ ਨਹੀਂ ਦਿੰਦਾ, ਤੁਸੀਂ ਫਿਰ ਵੀ ਉਹਦੇ ਪਿੱਛੇ ਲੱਗੇ ਹੋਏ ਹੋ। ਕਿਹੜੀਆਂ ਉਮੀਦਾਂ ਲਾ ਕੇ ਬੈਠੇ ਹੋ ਮਾਹੀ ਜੀ? ਇੱਧਰ ਆਓ, ਮੈਂ ਲਾਉਂਦਾ ਤੁਹਾਡੇ ਰੰਗ, ਮੇਰੇ ਰੰਗ 'ਚ ਰੰਗ ਜੋ, ਫਾਇਦਾ ਹੀ ਫਾਇਦਾ। ਸਹੀ ਗੱਲ ਕਹਿ ਰਿਹਾ ਮੈਂ, ਮੇਰੇ ਰੰਗ 'ਚ ਰੰਗਣ ਦਾ ਹੀ ਫਾਇਦਾ। ਤੁਸੀਂ ਮੇਰੇ ਪਿਆਰ ਨਾਲ ਰੰਗ ਲਾਓ, ਮੈਂ ਤੁਹਾਡੇ ਲਾਉਂਦਾ, ਤੁਸੀਂ ਵੀ ਖੁਸ਼ ਮੈਂ ਵੀ ਖੁਸ਼। ਜੇ ਕਾਲੇ ਰੰਗ ਤੇ ਕੋਈ ਰੰਗ ਚੜਦਾ ਨਾ ਤਾਂ ਮੈਂ ਤੇਰੇ ਜ਼ਰੂਰ ਰੰਗ ਲਾਉਂਦੀ ਲੱਕੀ। ਵੈਸੇ ਮੈਂ ਸੁਣਿਆ ਸੀ ਪਿਆਰ 'ਚ ਬੰਦਾ ਅੰਨਾ ਹੋ ਜਾਂਦਾ, ਅੱਜ ਵੇਖ ਵੀ ਲਿਆ ਹੋ ਮੈਂ ਕਾਲਾ ਨਹੀਂ ਚਿੱਟਾ ਕੁੜਤਾ ਪਜਾਮਾ ਪਾਇਆ। ਮੈਂ ਤੇਰੇ ਕੱਪੜਿਆਂ ਦੀ ਨਹੀਂ, ਤੇਰੀ ਨੀਅਤ ਦੀ ਗੱਲ ਕਰਨ ਡਈ ਹਾਂ, ਜਿਹੜੀ ਹਨੇਰੇ ਤੋਂ ਵੀ ਕਾਲੀ ਆ। ਪਹਿਲਾਂ ਜਾ ਕੇ ਆਪਣਾ ਮਨ ਸਾਫ਼ ਕਰਕੇ ਆ, ਫਿਰ ਮੈਂ ਕੀ, ਕੋਈ ਵੀ ਕੁੜੀ ਆ ਕੇ ਤੈਨੂੰ ਹੱਸ ਕੇ ਰੰਗ ਲਾ ਕੇ ਜਾਊਗੀ। ਨੀਅਤ ਮੇਰੀ ਚਿੱਟੀ ਹੋਵੇ ਜਾਂ ਕਾਲੀ, ਮੇਰੇ ਰੰਗ ਦੇ ਵਿੱਚ ਤਾਂ ਤੈਨੂੰ ਰੰਗਣਾ ਹੀ ਪਊਗਾ ਮਾਹੀ ਬੰਸਲ। ਲੱਕੀ ਨਾ ਹੈ ਮੇਰਾ, ਐਵੇਂ ਨਾ ਸਮਝੀ। ਉਹ ਮਾਹੀ ਜੀ, ਉਹ ਮੈਂ ਕਿਹਾ ਹੈਪੀ ਹੋਲੀ ਜੀ, ਉਹ ਵੇਖਣ ਕਿ ਡਏ ਹੋ? ਉਹ ਲਾਓ ਰੰਗ ਵੀਰ ਨੂੰ। ਆਹੀ ਸੋਚਣ ਡਈ ਹਾਂ ਕਿਹੜਾ ਰੰਗ ਲਾਵਾਂ ਵੀਰ ਦੇ, ਪੀਲਾ ਰੰਗ ਦੋਸਤੀ ਦਾ ਜਾਂ ਲਾਲ ਰੰਗ ਪਿਆਰ ਦਾ। ਕੇਸਰੀ ਰੰਗ, ਕੇਸਰੀ ਰੰਗ ਲਾ ਮੈਨੂੰ, ਉਹੀਓ ਇੱਕ ਰੰਗ ਜੱਚਦਾ ਮੈਨੂੰ, ਮੇਰੇ ਦੇਸ਼ ਦਾ ਰੰਗ। ਨਸੀਬ ਵੀ ਕਿਹੋ ਜਿਹੇ ਖੇਡ ਖੇਡਦੇ ਨੇ ਸਾਡੇ ਨਾਲ, ਪਹਿਲਾਂ ਆਪਣੇ ਕਿਸੇ ਵੀ ਗੱਲ 'ਤੇ ਨਹੀਂ ਬਣਦੀ ਸੀ, ਆਪਾਂ ਕਿਸੇ ਵੀ ਗੱਲ 'ਤੇ ਸਹਿਮਤ ਨਹੀਂ ਹੁੰਦੇ ਸੀ, ਅਤੇ ਹੁਣ ਮੈਂ ਤੇਰੀਆਂ ਸਾਰੀਆਂ ਗੱਲਾਂ 'ਤੇ ਸਹਿਮਤ ਹੋਣ ਲੱਗ ਗਈ। ਵੈਸੇ ਸਹੀ ਕਹਿਣ ਡਿਆ ਤੂੰ, ਕੇਸਰੀ ਰੰਗ ਹੀ ਜਚੂਗਾ ਤੇਰੇ 'ਤੇ। ਆ ਲੈ। ਮਾਹੀ ਮੈਂ ਤੇਰੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਹੈ, ਚੰਗਾ ਹੋਇਆ ਤੂੰ ਮੈਨੂੰ ਮਿਲ ਗਿਆ ਇੱਥੇ। ਹਾਂ ਬੋਲਣਾ ਵੀਰ। ਵੇਖ ਮਾਹੀ, ਨਿੰਮੋ ਅਤੇ ਵਿੱਕੀ ਨੂੰ ਲੈ ਕੇ ਤੈਨੂੰ ਪਤਾ ਹੀ ਹੈ ਦੋਨੋਂ ਪਰਿਵਾਰਾਂ 'ਚ ਕਿੱਡੀ ਟੈਨਸ਼ਨ ਹੈ। ਪਹਿਲਾਂ ਉਹ ਕੰਧ ਟੱਪ ਕੇ ਘਰ ਆ ਗਏ ਨਿੰਮੋ ਨੂੰ ਮਿਲਣ, ਫਿਰ ਕੱਲ੍ਹ ਹੋਲੀਕਾ ਪੂਜਾ ਵਾਲੇ ਦਿਨ ਉਹ ਨਿੰਮੋ ਨੂੰ ਭਜਾਉਣ ਦੀਆਂ ਨਾ ਪਲੈਨਿੰਗਾਂ ਬਣਾ ਲਿਆ ਸੀ, ਦੋ ਵਾਰੀ ਉਹਨੇ ਇਹੋ ਜਿਹੀ ਹਰਕਤਾਂ ਕਰਤੀਆਂ ਨੇ। ਵੇਖ ਅੱਜ ਹੋਲੀ ਹੈਗੀ ਹੈ, ਪੂਰਾ ਪਿੰਡ ਇੱਥੇ ਇਕੱਠਾ ਹੋਣ ਵਾਲਾ ਹੈਗਾ, ਪੂਰਾ ਆਪਣਾ ਪਿੰਡ ਹੋਣਾ ਇੱਥੇ। ਮੈਂ ਨਹੀਂ ਚਾਹੁੰਦਾ ਅੱਜ ਇਹੋ ਜਿਹੀ ਕੋਈ ਵੀ ਗੱਲ ਹੋਵੇ ਕਿ ਨਿੰਮੋ ਜਾਂ ਸਾਡੇ ਪਰਿਵਾਰ ਨੂੰ ਨਾ ਸ਼ਰਮਿੰਦਾ ਹੋਣਾ ਪਵੇ। ਵੇਖ ਜਦੋਂ ਘਰ ਦੀਆਂ ਗੱਲਾਂ ਪਿੰਡ 'ਚ ਫੈਲਦੀਆਂ ਨੇ ਨਾ ਤਾਂ ਬਹੁਤ ਬਦਨਾਮੀ ਹੁੰਦੀ ਹੈ। ਪਰ ਵੀਰ ਉਹ ਦੋਵੇਂ। ਹੈਪੀ ਹੋਲੀ ਵੀਰ, ਹੈਪੀ ਹੋਲੀ ਮਾਹੀ। ਡਾਕਟਰ ਆ ਲਓ ਕੇਸਰੀ ਰੰਗ, ਆ ਲਓ ਵੀਰ ਨੂੰ, ਵੀਰ ਇਸੇ ਰੰਗ ਦਾ ਹੱਕਦਾਰ ਹੈ। ਹੈਪੀ ਹੋਲੀ ਵੀਰ। ਡਾਕਟਰ ਉਹ ਹਜੇ ਮੈਂ ਮਾਤਾ ਰਾਣੀ ਦਾ ਪ੍ਰਸ਼ਾਦ ਖਾਣਾ ਹੈ, ਉਹ ਤੋਂ ਬਾਅਦ ਹੀ ਰੰਗ ਲਵਾਵਾਂਗੀ। ਓਕੇ।
अपने वीर तो पहला कि तो रंग किदा लवा ला मैं।